ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਹੈ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਆਪ ਸਭ ਨੂੰ ਪਤਾ ਹੈ ਵੀ ਜੂਨ ਦੇ ਇਹ ਜੋ ਦਿਨ ਹਨ ਸਾਡੀ ਜ਼ਿੰਦਗੀ 'ਚ ਕੀ ਮਾਇਨੇ ਰੱਖਦੇ ਹਨ। ਤਾਂ ਆਪ ਸਭ ਨੂੰ ਭਲੀ ਭਾਂਤ ਪਤਾ ਹੈ ਵੀ 1984 ਦੇ ਵਿੱਚ ਉਸ ਸਮੇਂ ਦੀ ਹਕੂਮਤ ਨੇ, ਸੱਤਾਧਾਰੀ ਲੋਕਾਂ ਨੇ ਸ਼੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਭੰਗ ਕਰਨ ਦੇ ਲਈ ਆਪਣੀ ਪਾਵਰ ਦਾ ਗਲਤ ਇਸਤੇਮਾਲ ਕੀਤਾ। ਸੋ ਉਸ ਸਮੇਂ ਜਿਹੜੇ ਯੋਧਿਆਂ ਨੇ ਫੌਜ ਦਾ ਮੁਕਾਬਲਾ ਕਰਦੇ ਹੋਏ ਜੂਝ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਯੋਧਿਆਂ ਨੂੰ ਸਮਰਪਿਤ ਕੁਛ ਕੁ ਲਾਈਨਾਂ ਲਿਖੀਆਂ ਨੇ। ਇਹ ਮੈਂ ਆਪਦੇ ਅੰਦਰਲੇ ਜਜ਼ਬਾਤ ਲਿਖੇ ਨੇ ਵੀ ਜਿੱਦਾਂ ਮੈਂ ਸੋਚਦਾ ਉਹ ਚੀਜ਼ ਪ੍ਰਗਟ ਕੀਤੀ ਆ ਸ਼ਬਦਾਂ ਦੇ ਰਾਹੀਂ। ਉਮੀਦ ਆ ਤੁਹਾਨੂੰ ਸਭ ਨੂੰ ਵਧੀਆ ਲੱਗੂ, ਜੇ ਵਧੀਆ ਲੱਗੀ ਤਾਂ ਸਾਂਝੀਆਂ ਕਰਨੀ ਆ ਆਪਣੇ ਸੱਜਣਾਂ ਮਿੱਤਰਾਂ ਦੇ ਨਾਲ। ਉਹ ਕੁਛ ਇਸ ਤਰ੍ਹਾਂ ਨੇ ਬਈ, ਦੂਜਿਆਂ ਲਈ ਉਹ ਮੋਏ ਹੋ ਸਕਦੇ ਨੇ ਪਰ ਮੇਰੇ ਲਈ ਉਹ ਜਿਉਂਦੇ ਹਨ, ਦੂਜਿਆਂ ਲਈ ਉਹ ਮੋਏ ਹੋ ਸਕਦੇ ਨੇ ਪਰ ਮੇਰੇ ਲਈ ਉਹ ਜਿਉਂਦੇ ਹਨ। ਜਦੋਂ ਵੀ ਕਦੇ ਉਹਨਾਂ ਦੇ ਰੂਹਾਨੀ ਚਿਹਰਿਆਂ ਵੱਲ ਵੇਖਦਾ ਹਾਂ ਤਾਂ ਮੇਰੀ ਜ਼ਮੀਰ ਨੂੰ ਜਗਾਉਂਦੇ ਹਨ। ਉਹ ਅੱਜ ਵੀ ਪਵਿੱਤਰ ਪ੍ਰਕਰਮਾਂ ਦੇ ਵਿੱਚ ਚੜ੍ਹਦੀ ਕਲਾ ਦੇ ਜਕਾਰੇ ਗਜਾਉਂਦੇ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਅੱਜ ਵੀ ਸੁਣਨ ਵਾਲਿਆਂ ਨੂੰ ਉਹ ਬੁਲਾਉਂਦੇ ਹਨ। ਸ਼੍ਰੀ ਦਰਬਾਰ ਸਾਹਿਬ ਜੀ ਦੇ ਜੂਹ ਉੱਤੇ ਉਹ ਅੱਜ ਵੀ ਨਿਮਰਤਾ ਨਾਲ ਸੀਸ ਝੁਕਾਉਂਦੇ ਹਨ, ਸਾਡੀਆਂ ਅੰਦਰਲੀਆਂ ਮਰੀਆਂ ਆਤਮਾਵਾਂ ਨੂੰ ਆਪਣੇ ਜੋਸ਼ ਨਾਲ ਹਿਲਾਉਂਦੇ ਹਨ। ਅੱਜ ਵੀ ਪ੍ਰਕਰਮਾਂ ਵਿੱਚ ਬੈਠ ਉਹ ਸੱਚੇ ਪਾਤਸ਼ਾਹ ਸ਼੍ਰੀ ਵਾਹਿਗੁਰੂ ਜੀ ਦਾ ਨਾਮ ਧਿਆਉਂਦੇ ਹਨ। ਅੱਜ ਵੀ ਸ਼੍ਰੀ ਦਰਬਾਰ ਸਾਹਿਬ ਜੀ ਵੱਲ ਮਾੜੀ ਨਿਗਾਹ ਰੱਖਣ ਵਾਲਿਆਂ ਨੂੰ ਆਪਣੇ ਵੀਰ ਰਸ ਨਾਲ ਟਰਾਉਂਦੇ ਹਨ। ਅੱਜ ਵੀ ਸ਼੍ਰੀ ਦਰਬਾਰ ਸਾਹਿਬ ਜੀ ਵੱਲ ਮਾੜੀ ਨਿਗਾਹ ਰੱਖਣ ਵਾਲਿਆਂ ਨੂੰ ਆਪਣੇ ਵੀਰ ਰਸ ਨਾਲ ਟਰਾਉਂਦੇ ਹਨ। ਇਹ ਸ਼ਬਦ ਉਹਨਾਂ ਯੋਧਿਆਂ ਨੂੰ ਸਮਰਪਿਤ, ਉਹਨਾਂ ਸਿੰਘਾਂ ਨੂੰ ਸਮਰਪਿਤ ਨੇ। ਉਮੀਦ ਹੈ ਸਭ ਨੂੰ ਵਧੀਆ ਲੱਗਣਗੇ, ਵਧੀਆ ਲੱਗੇ ਸਾਂਝੇ ਕਰਨੇ। ਅਤੇ ਗੁਰੂ ਮਹਾਰਾਜ ਜੀ ਅੱਗੇ ਇਹੀ ਅਰਦਾਸ ਹਰ ਵੇਲੇ ਬਈ, ਕੌਮ ਨੂੰ ਚੜ੍ਹਦੀ ਕਲਾ ਬਖਸ਼ਣ, ਕੌਮ 'ਚ ਏਕਤਾ ਬਖਸ਼ਣ। ਸੋ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।